विक्रमजीत नूर दी कहानी कतार ਘਰ ਚ ਦਾਦੀ ਤੋਂ ਬਗੈਰ ਹੋਰ ਕਿਸੇ ਕੋਲ ਜ਼ਰਾ ਵੀ ਵੇਲ ਨਹੀਂ ਸੀ ਪੁੱਤਰ ਨੇ ਕੰਮ ਤੇ ਜਾਣਾ ਸੀ ਬਹੂ ਦਾ ਟੀਵੀ ਦੇ ਕਿਸੇ ਖਾਸ ਚੈਨਲ ਦਾ ਲੜੀਵਾਰ ਖਰਾਬ ਹੁੰਦਾ ਸੀ ਤੇ ਪੁੱਤਰ ਕਤਾਰ 'ਚ ਖੜ ਕੇ ਬਿਜਲੀ ਦਾ ਬਿੱਲ ਭਰਨ ਚ ਉਹ ਆਪਣੀ ਹੀਠੀ ਸਮਝਦਾ ਸੀ ਬਿੱਲ ਤਾਰਨ ਦੀ ਉਹਨਾਂ ਦੀ ਅੱਜ ਆਖਰੀ ਮਿਤੀ ਸੀ 14-15 ਸਾਲਾਂ ਦਾ ਨੌਜਵਾਨ ਜਿਸ ਉਦੇਸ਼ ਨਾਲ ਆਪਣੀ ਦਾਦੀ ਮਮਾ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਆਇਆ ਸੀ ਉਦੇ ਜਲਦੀ ਪੂਰਾ ਹੋਣ ਦੀ ਸੰਭਾਵਨਾ ਨਹੀਂ ਸੀ ਕਿਉਂਕਿ ਅੱਜ ਜਨਾਨੀਆਂ ਦੀ ਵੀ ਲੰਮੀ ਕਤਾਰ ਲੱਗੀ ਹੋਈ ਸੀ ਬੰਦਿਆਂ ਵਾਲੇ ਪਾਸੇ ਦਾ ਤਾਂ ਕੋਈ ਅੰਤਿਮ ਹਿਸਾਬ ਹੀ ਨਹੀਂ ਸੀ ਪ੍ਰੰਤੂ ਉਹ ਸ਼ਾਂਤ ਖੜੇ ਸੰਤੇ ਇੱਧਰ ਖੂਬ ਮੱਛੀ ਵਿਕ ਰਹੀ ਸੀ ੱੱਕਾ ਮੁੱਕੀ ਅੱਡ ਦਾਦੀ ਨੂੰ ਡਿਊਟੀ ਤੇ ਖੜਾ ਕਰਕੇ ਮੁੰਡਾ ਕਿਤੇ ਮਟਰ ਗਸ਼ਤੀ ਲਈ ਚਲਾ ਗਿਆ ਸੀ ਪਹਿਲਾਂ ਵੀ ਜਿਵੇਂ ਉਹਨੂੰ ਕਾਹਲੀ ਸੀ ਦਾਦੀ ਦੇ ਪੁੱਤ ਹੌਲੀ ਦਾਦੀ ਦੇ ਉਹ ਤੋਂ ਹੌਲੀ ਚਲਾ ਜ਼ਰਾ بار بار ਕਹਿਣ ਦੇ ਬਾਵਜੂਦ ਉਹ ਮੋਟਰਸਾਈਕਲ ਨੂੰ ਹਵਾ ਨਾਲ ਗੱਲਾਂ ਕਰਾਉਂਦਾ ਰਿਹਾ ਸੀ ਦਾਦੀ ਜੀ ਤਾਂ ਕੱਲ ਦੀ ਤਬੀਅਤ ਵੀ ਠੀਕ ਨਹੀਂ ਸੀ ਬੁਖਾਰ ਨੇ ਉਹਦੇ ਹੱਡ ਪੈਰ ਭੰਨ ਕੇ ਰੱਖ ਦਿੱਤੇ ਸਨ ਉਤੋਂ ਅੱਜ ਵਾਲੀ ਮੁਸੀਬਤ ਜ਼ਮੀਨ ਤੇ ਟਿਕੀ ਹੋਈ ਸੱਜੇ ਹੱਥ ਦੇ ਪੂਰੇ ਦਬਾਹੇਟ ਹੋਣ ਦੇ ਬਾਵਜੂਦ ਵੀ ਖੁੰਡੀ ਉਹਦੇ ਜਿਸਮ ਵਾਂਗ ਥਰ-ਥਰ ਕੰਬ ਰਹੀ ਸੀ ਇੱਕ ਉੱਚਾ ਲੰਮਾ ਬਜ਼ੁਰਗ ਸੀਨੀਅਰ ਸਿਟੀਜ਼ਨ ਦਾ ਰੋਬ ਮਾਰਦਾ ਅੱਗੇ ਹੋਇਆ ਸੀ ਪਰ ਜਨਤਾ ਦੇ ਵਿਰੋਧ ਭਰੇ ਸ਼ੋਰ ਨੇ ਉਹਨਾਂ ਨੂੰ ਅੱਜ ਆਪਣੇ ਇਸ ਹੱਕ ਦਾ ਇਸਤੇਮਾਲ ਨਹੀਂ ਸੀ ਕਰਨ ਦਿੱਤਾ। ਉਹਨੂੰ ਵੀ ਇਕ ਤਾਰਚ ਲੱਗਣਾ ਪਿਆ ਸੀ। ਹਮਸ ਭਰੀ ਗਰਮੀ ਆਖੇ ਮੈਂ ਵੀ ਅੱਜ ਹੀ ਆਂ। ਦਾਦੀ ਤੋਂ ਪਹਿਲਾਂ 12-13 ਬੁੜੀਆਂ ਅਜੇ ਵੀ ਖੜੀਆਂ ਸਨ। ਕੁਝ ਪਿੱਛੇ ਵੀ ਸਨ। ਇਹਨਾਂ ਦੇ ਨਾਲ ਆਏ ਬੰਦੇ ਦੂਰ ਨੇੜੇ ਖੜੇ ਛਾਂ ਦਾ ਆਨੰਦ ਲੈ ਰਹੇ ਸਨ। ਇਧਰ ਬੁੱਢੀ ਹਾਲੋਂ ਬਿਹਾਲ ਹੋਈ ਨੱਕ ਤੇ ਢਿਲਕ ਆਉਂਦੀ ਐਨਕ ਨੂੰ ਠੀਕ ਕਰਦੀ ਇਧਰ ਉਧਰ ਦੇਖ ਰਹੀ ਸੀ। ਪੁੱਤਰੇ ਦਾ ਨਾਮ ਲੈ ਕੇ ਉਹਨੇ ਆਵਾਜ਼ਾਂ ਵੀ ਮਾਰੀਆਂ। ਕਿ ਤੋ ਦੋ ਘੁੱਟ ਪਾਣੀ ਲਿਆ ਦਿੰਦਾ ਪਰ ਉਹ ਆਪਣੇ ਸੁੱਕੇ ਬੁੱਲਾਂ ਤੇ ਜੀਭ ਫੇਰ-ਫੇਰ ਕੇ ਪਿਆਸ ਬੁਝਾਉਂਦੀ ਰਹੀ ਸੀ ਅੰਦਰ ਬੈਠਾ ਇੱਕੋ ਇੱਕ ਬਾਊ ਬਿਲਾਂ ਦੇ ਨਾਲ ਪੈਸੇ ਫੜਦਾ ਨੋਟ ਗਿਣਦਾ ਗਿਣਦਾ ਖਰੇ ਖੋਟੇ ਵੀ ਪਰਖਦਾ ਰਸੀਦ ਕੱਟਦਾ ਮਰਦ ਤੇ ਔਰਤਾਂ ਵਿੱਚੋਂ ਉਹ ਕਿਸੇ ਨੂੰ ਵੱਖਰੀ ਪਹਿਲ ਨਹੀਂ ਸੀ ਦੇ ਰਿਹਾ ਪਰ ਭੇਡ ਤਾਂ ਆਖਰ ਭੇਡ ਹੀ ਹੁੰਦੀ ਹੈ ਬਿਲਾਂ ਦਾ ਭੁਗਤਾਨ ਬੇਸ਼ੱਕ ਹੋ ਰਿਹਾ ਸੀ ਪਰ ਉਹ ਖੁੰਡੀ ਵਾਲੀ ਬਜ਼ੁਰਗ ਇਸਤਰੀ ਆਪਣੀ ਵਾਰੀ ਤੋਂ ਪਹਿਲਾਂ ਹੀ ਚੱਕਰ ਖਾ ਕੇ ਡਿੱਗ ਪਈ ਸੀ ਸ਼ੋਰ ਹੋਰ ਉੱਚਾ ਹੋ ਗਿਆ ਸੀ ਨੇੜੇ ਖੜੀਆਂ ਖੜਿਆਂ ਜਾਂ ਖੜੀਆਂ ਵਿੱਚੋਂ ਕਿਸੇ ਨੇ ਵੀ ਉਹਨੂੰ ਸੰਭਾਲਣ ਦਾ ਤਰद्दद ਨਾ ਕੀਤਾ ਆਖਰ ਬਹੁਤ ਹੀ ਪਿੱਛੇ ਖੜੇ ਦੋ ਤਿੰਨ ਆਦਮੀ ਅੱਗੇ ਵਧੇ ਤੇ ਬੁੱਢੀ ਨੂੰ ਚੁੱਕ ਕੇ ਨਾਲ ਦੇ ਕਿਸੇ ਘਰ ਚ ਲੈ ਗਏ ਤੇ ਉਹਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ-ਮਾਰ ਕੇ ਹੋਸ਼ ਚ ਲਿਆਉਣ ਲੱਗੇ ਕਤਾਰ ਦੀ ਲੰਬਾਈ 'ਚ ਕੋਈ ਫਰਕ ਨਹੀਂ ਸੀ ਪਿਆ ਧੰਨਵਾਦ